आल टू न्यूज़ चैनल दे विच तुहाडा स्वागत। पंजाब सरकार खिलाफ जम के हुई नारेबाजी ते मामला सी 2 रुपए किलो वाली कणक लोगों तक ना पहुँचन दा। अज डेरा बनाने दी औरतां ने फूड सप्लाई के दफ्तर अगे पंजाब सरकार खिलाफ जम के नारेबाजी की। उन्हां पत्रकारां नाल गलबात करदिआं दस्सिआ कि साडे कोलो डिपू होल्डरां ने फरवरी महीने के 2 रुपए किलो वाली कणक के पैसे लै ले हन, पर सानू अजे तक कनक नहीं दिती। असी डिपू होल्डर अते फूड सप्लाई दफ्तर दे गेड़े ला ला के थक गए हाँ। कुछ लोगों का कहना है कि डिपू होल्डर साड़ियां कनक दियां पर्चियां नहीं कट रहे ते खजल खुआर कर रहे ने। असी पंजाब सरकार तो मंग करते हाँ कि सानू साडा हक दिता जाए। उत्थे ही पत्रकारां ने जदों फूड सप्लाई अफसर सुखजिंदर सिंह DFSC गुरदासपुर नाल फोन राही गलबात की तो उन्होंने की कहा, ये भी असी तुहानू सुनावांगे। आओ देखते हाँ जतिंदर कुमार नाल कृष्ण गोपाल की विशेष रिपोर्ट। दूजे महीने की पर्ची कटी गई है। ਅਸੀਂ ਜਦੋਂ ਜਾਂਦੇ ਸਾਨੂੰ ਕਹਿੰਦੇ ਦਫ਼ਤਰੇ ਜਾਓ, ਅਸੀਂ ਦਫ਼ਤਰੇ ਜਾਂਦੇ ਤਾਂ ਇੱਧਰ ਆ ਜਾਂਦੇ, ਇੱਧਰ ਜਾਂਦੇ ਤਾਂ ਉੱਧਰ ਜਾਂਦੇ ਗਰੀਬ, ਅਸੀਂ ਕਿੱਥੋਂ ਦਈਏ ਪੈਸੇ ਜਦ ਇਹ ਤਾਂ ਸਾਨੂੰ ਕਣਕ ਮਿਲ ਜੇ। ਜਦੋਂ ਵੀ ਦਫ਼ਤਰ ਗਏ ਤੁਸੀਂ ਇੰਸਪੈਕਟਰ ਸਾਹਿਬ ਮਿਲੇ? ਨਹੀਂ ਅਸੀਂ ਨਹੀਂ ਮਿਲੇ, ਉਹ ਕਹਿੰਦੇ ਅਸੀਂ ਗੱਲ ਕੀਤੀ ਅੱਗੇ ਤੇ ਸਾਹਿਬ ਦਫ਼ਤਰ ਤੁਹਾਨੂੰ ਕੌਣ ਮਿਲਦਾ? ਇਹ ਸਾਨੂੰ ਉੱਥੇ ਜਿਹੜੇ ਬੈਠੇ ਹੁੰਦੇ ਆ ਅੱਗੇ ਜਾਣਕਾਰੀ ਨਾ ਉਹ ਨਹੀਂ ਮਿਲੇ, ਕਹਿੰਦੇ ਅਸੀਂ ਪੈਸੇ ਅੱਗੇ ਜਮ੍ਹਾਂ ਕਰਾਏ, ਸਾਨੂੰ ਨਹੀਂ ਪਤਾ। ਸਾਨੂੰ ਨਹੀਂ ਪਤਾ ਡਿਪੂ ਵਾਲੇ ਤੁਹਾਨੂੰ ਕੀ ਕਹਿੰਦੇ ਨੇ? ਡਿਪੂ ਵਾਲੇ ਕਹਿੰਦੇ ਵੀ ਉਹਨਾਂ ਕੋਲੇ ਜਾਓ, ਅਸੀਂ ਜੇ ਉਧਰੋਂ ਆਉਂਦੇ ਆ ਤੇ ਇਹ ਕਹਿੰਦੇ ਆ ਵੀ ਉਹਨਾਂ ਨੂੰ ਪਤਾ ਪੈਸੇ ਅਸੀਂ ਉਹਨਾਂ ਨੂੰ ਦੇ ਦਿੱਤੇ ਆ। ਅਸੀਂ ਆਖਾਂ ਪੈਸੇ ਇਕੱਠੇ ਕਰਕੇ ਤੁਸੀਂ ਕਿਹਨਾਂ ਨੂੰ ਦਿੱਤੇ? ਕਹਿੰਦੇ ਬੈਂਕ 'ਚ ਜਮ੍ਹਾਂ ਕਰਾਤੇ ਤੇ ਬੈਂਕ ਗੌਰਮੈਂਟ ਵਾਲੇ ਉਹ ਸਾਨੂੰ ਕਣਕ ਭੇਜਣ, ਜੇ ਭੇਜ ਦਿੱਤੀ ਹੈ ਤੇ ਉਹਨਾਂ ਪਰਚੀਆਂ ਦੇ ਉੱਤੇ ਮਿਲੇ ਸਾਨੂੰ। ਆਉਂ ਦੁਬਾਰਾ ਫੇਰ ਪਰਚੀਆਂ ਕੱਟੀਆਂ ਜਾਣਗੀਆਂ? ਹੁਣ ਦੁਬਾਰਾ ਉਹਨਾਂ ਦੇ ਪੈਸੇ ਮੰਗਦੇ ਆ, ਆਵੇ ਅਸੀਂ ਪੈਸੇ ਲੈ ਕੇ ਆਏ। ਹੁਣ ਤੁਸੀਂ ਪੈਸੇ ਦੇਣੇ ਆ ਜਾਂ ਨਹੀਂ ਦੇਣੇ ਉਹਨਾਂ ਨੂੰ? ਅਸੀਂ ਹੁਣ ਸਾਨੂੰ ਦੇਣੇ ਪੈਣੇ, ਅਸੀਂ ਤਾਂ ਕਹਿੰਦੇ ਨਹੀਂ ਦਈਏ ਤੇ ਹੁਣ ਮਜਬੂਰੀ ਆ, ਜੇ ਨਾ ਦਈਏ ਤੇ ਫਿਰ ਅਸੀਂ ਫਿਰ ਸਾਡੀ ਕਣਕ ਮਰਦੇ ਆ। ਪਿਛਲੀ ਕਣਕ ਤੇ ਤੁਸੀਂ ਪੈਸੇ ਜਮ੍ਹਾਂ ਕਰਾਏ ਨੇ, ਤੁਸੀਂ ਕਿਉਂ ਦੇਣ ਦੇ ਹੋ? ਹੁਣ ਉਹ ਕਹਿੰਦੇ ਆ ਸਾਨੂੰ ਪੈਸੇ ਅੱਗੇ ਦੇਵੋਗਾ ਤੇ ਫਿਰ ਸਾਨੂੰ ਕਣਕ ਮਿਲੂਗੀ, ਫਿਰ ਤੁਹਾਨੂੰ ਮਿਲੂਗੀ ਕਣਕ, ਐਦਾਂ ਕਹਿੰਦੇ ਆ। ਇਕੱਠੇ ਕਰਕੇ ਇਹ ਲੈ ਗਏ ਆ ਪੈਸੇ, ਜਾਂ ਇਹਨਾਂ ਨੇ ਖਾ ਲਿਆ ਜਾਂ ਉਹਨਾਂ ਨੇ ਖਾ ਲਿਆ, ਸਾਡੇ ਸਾਹਮਣੇ ਹੋਣ ਸਾਨੂੰ ਪਰਚੀ ਜਿਹੜੀ ਸਾਡੇ ਕੋਲ ਕੱਟੀਆਂ ਹੋਈਆਂ ਉਹਨਾਂ 'ਤੇ ਸਾਨੂੰ ਕਣਕ ਮਿਲ ਜਾਵੇ। ਸਰਕਾਰ ਕੋਲ ਕੀ ਮੰਗ ਕਰਦੇ ਹੋ? ਸਾਨੂੰ ਕਣਕ ਜਿਹੜੀ ਪਰਚੀਆਂ ਕੱਟੀਆਂ ਹੋਈਆਂ ਨਾ, ਸਾਨੂੰ ਪਹਿਲਾਂ ਉਹਦੇ 'ਤੇ ਕਣਕ ਮਿਲੇ ਅਤੇ ਨਵੇਂ ਪੈਸੇ ਸਾਡੇ ਤੋਂ ਨਾ ਲਏ ਜਾਣ। ਤਾਂ ਗਰੀਬ ਬੰਦੇ ਆ, ਜੇ ਸਾਡੇ ਵਾਸਤੇ ਇਹ ਸੋਚਿਆ ਗਾ ਵੀ ਸਾਨੂੰ ਕਣਕ ਥੋੜ੍ਹੀ ਰੇਟ ਮਿਲੂਗੀ ਤਾਂ ਸਾਡੇ ਤੋਂ ਪੈਸੇ ਇੱਦਾਂ ਤਾਂ ਨਾ ਲੈਣੇ, ਇੱਦਾਂ ਨਾ ਲੈਣ ਜਿਹੜੇ ਲੈ ਕੇ ਤੇ ਘਰ ਪੂਰੇ ਕਰੀ ਜਾਂਦੇ। ਹਣੀ ਉਹਨਾਂ ਨੂੰ 3500 ਇਕੱਠਾ ਹੋ ਜਾਂਦਾ ਕਿ 40,000 ਇਕੱਠਾ ਹੋ ਜਾਂਦਾ, ਕਿੰਨੇ ਹੁੰਦੇ ਉਹ ਸਾਰੇ ਆਪਣੇ ਖਾਤੇ 'ਚ ਪਾ ਲੈਂਦੇ। ਕਣਕ ਭਾਈ ਸਾਨੂੰ ਫਰਵਰੀ ਦੇ 26 ਤਰੀਕ ਦੀਆਂ, ਪਰ ਜਨਵਰੀ ਫਰਵਰੀ ਦੀਆਂ ਪਰਚੀਆਂ ਕੱਟੀ ਦੀਆਂ ਇਹਨਾਂ ਨੇ, ਹਾਲੇ ਤੱਕ ਸਾਨੂੰ ਪਹਿਲੀ ਕਣਕ ਨਹੀਂ ਦਿੱਤੀ ਅਤੇ ਜਿਹੜੀ ਦੂਜੀ ਕਣਕ ਆ ਚੁੱਕੀ ਆ ਉਹ ਕਹਿੰਦੇ ਪਰਚੀਆਂ ਕਟਾ ਲਓ, ਉਹ ਲੈ ਲਓ ਪਹਿਲੇ, ਜਿਹੜੀ ਪਿਛਲੀ ਆ ਉਹ ਖੂਹ ਖਾਤੇ 'ਚ ਪਾ ਦਿਓ ਸਰਕਾਰ ਦੀ। ਇਹ ਇਸ ਤਰ੍ਹਾਂ ਕਹਿੰਦੇ ਪੈਸੇ ਸਾਡੇ ਲੈ ਕੇ ਖਾ ਚੁੱਕੇ ਦੇਣੇ, ਇਹ ਸਾਨੂੰ ਹਾਲੇ ਤੱਕ ਕੋਈ ਇਹਨਾਂ ਦਾ ਨਿਆਣੀ ਜਿਹਾ ਮਿਲਿਆ। ਆ ਸਾਰੀ ਪਬਲਿਕ ਨੂੰ ਪੁੱਛ ਲਓ ਜਿਹੜੇ ਖਲੋਤੇ ਦੇ ਨੇ, ਇਹਨਾਂ ਕੋਲ ਫਰਵਰੀ ਮਹੀਨੇ ਦੀਆਂ 26 ਤਰੀਕ ਦੀਆਂ ਕੱਟੀ ਦੀਆਂ ਪਰਚੀਆਂ ਨੇ ਜਿਹੜੀਆਂ ਹਾਲੇ ਤੱਕ ਨਹੀਂ ਦਿੱਤੀ ਦੀ। ਇੰਸਪੈਕਟਰ ਸਾਹਿਬ ਇਹਨਾਂ ਦਾ ਨਾਂ ਲਾਉਂਦੇ ਆ, ਇਹ ਉਹਨਾਂ ਦਾ ਨਾਂ ਲਾਉਂਦੇ ਆ, ਸਾਨੂੰ ਵਿਚਲੀ ਗੱਲ ਦਾ ਕੋਈ ਇਹ ਘੁੰਡੀ ਨਹੀਂ ਦੱਸਦੇ ਜੀ ਕੀ ਹੈਗੀ ਆ ਕੀ ਨਹੀਂ ਹੈ। ਮੰਗ ਇਹੋ ਕਰਦੇ ਕਿ ਪਹਿਲੇ ਜਿਹੜੇ ਪੈਸੇ ਜੀ ਪਰਚੀ ਕੱਟੀਆਂ ਗਈ ਦੀਆਂ ਨੇ, ਜਾਂ ਲੈ ਸਾਨੂੰ ਪਹਿਲੇ ਉਹ ਕਣਕ ਦਿੱਤੀ ਜਾਏ, ਦੁਬਾਰਾ ਨਾ ਪੈਸੇ ਲੈ, ਜਦੋਂ ਨਵੀਂ ਕਣਕ ਆਏ ਉਹਦੀ ਪਰਚੀ ਫੇਰ ਕੱਟੀ ਜਾਏ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪੈਸਿਆਂ 'ਚ ਦੇਣ ਪਿਛਲੀ ਕਣਕ, ਸਾਨੂੰ ਪਿਛਲੀ ਕਣਕ ਜਿਹੜੀ ਆ ਉਹਨਾਂ ਪੈਸਿਆਂ 'ਚ ਦਿੱਤੀ ਜਾਵੇ ਜਿਨ੍ਹਾਂ ਦੀਆਂ ਕੱਟੀਆਂ ਪਰਚੀਆਂ, ਜੋ ਨਵੀਂ ਕਣਕ ਆਏਗੀ ਉਹ ਦਿੱਤੀ ਜਾਏ। ਸਰ ਬੇਨਤੀਆਂ ਤੇ ਪਰਚੀਆਂ ਦਾ ਬੜਾ ਰੌਲਾ ਪੈ ਰਿਹਾ ਵੀ ਜਿਹੜਾ ਵੀ 6 ਮਹੀਨੇ ਜਿਹੜੀ ਕਣਕ ਜਿਹੜੀ ਉਹ ਨਹੀਂ ਮਿਲੀ। ਜਿਹੜਾ ਹੁਣੇ ਦੱਸ ਕੇ ਹਟਿਆ ਵਾ ਜੀ, ਬੇਸਿਕਲੀ ਇੱਦਾਂ ਹੈ ਕਿ ਕੋਟਾ ਤੋਂ ਹੋ ਗਿਆ ਸੀ ਗੁਰਦਾਸਪੁਰ ਦਾ ਜੀ ਜੀ, ਜਿਹੜੀਆਂ ਪਰਚੀਆਂ ਕੱਟੀਆਂ ਉਹ ਟੈਕਨੀਕਲ ਫਾਲਟ ਕਰਕੇ ਕੱਟੀਆਂ ਜੀ, ਜਿਹੜਾ ਤੇ ਫਿਰ ਉਹ ਪੰਜ ਵਿੱਚ ਕਣਕ ਨਹੀਂ ਵੰਡ ਪਾਉਂਦੇ ਪੁਰਾਣੀ ਜੀ ਜੀ, ਤੇ ਫਿਰ ਹੁਣ ਜਿਸ ਤਰ੍ਹਾਂ ਹੁਣ ਰੁਪਏ ਇਕੱਠੇ ਕਰਕੇ ਆਪਾਂ ਉਹਨਾਂ ਨੂੰ ਕਰਵਾਉਂਦੇ ਹਾਂ, ਉਹਨਾਂ ਨੂੰ ਟਾਈਮ ਲੱਗ ਜਾਣਾ, ਜੇ ਆਪਾਂ ਉਹਦੀ ਵੇਟ 'ਚ ਆਪਾਂ ਨਵੀਂ ਕਣਕ ਨਾਲ ਨਵੀਂ ਕਣਕ ਦਾ ਵੀ ਕੋਟਾ ਲੈਪਸ ਹੋ ਜਾਣਾ ਜੀ 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 ਜੀ। ਇਹ ਮੇਰੀ ਬੇਨਤੀ ਹੈ ਕਿ ਜਿਹੜੀ ਹੁਣ ਵਾਲੀ ਕਣਕ ਉਹ ਲੈ ਲਓ, ਪਰਚੀਆਂ ਪੁਰਾਣੀਆਂ ਇਹਨਾਂ ਦੀਆਂ ਕਿਹੜੀਆਂ ਕੋਈ ਆਪਾਂ ਖਰਾਬ ਕਰਦੇ ਪਏ ਪਰਚੀਆਂ, ਉਹ ਰੱਖ ਲੈਣ, ਜੇ ਨਾ ਹੋਏਗਾ ਫਿਰ ਪੈਸੇ ਪੂਸੇ ਇਹਨਾਂ ਕੋਲ ਵਾਪਸ ਕਰਵਾ ਦਾਂਗੇ।